Z5 ऐप डाउनलोड करो ते देखो पूरे एपिसोड बिल्कुल फ्री। बाबूजी ये मेरा फोन है। ठीक है। ਤੂੰ ਤਾਂ ਪੋਰਚ ਵੱਲ ਸੀ ਨਾ, ਇੱਥੇ ਕਿਵੇਂ? ਸਰ ਮੈਂ ਬਸ ਸਮਾਨ ਰੱਖਣ ਆਇਆ ਸੀ, ਬਸ ਜਾ ਰਿਹਾ ਉੱਥੇ ਮੈਂ। ਠੀਕ ਆ, ਬਚ ਗਿਆ ਭੋਲੂ। ਬੁਆ ਜੀ ਤੂੰ ਇੱਧਰ ਕੀ ਕਰੀ ਜਾਂਦਾ ਹੈ? ਹਾਂਜੀ ਮੈਡਮ ਜੀ। ਤੂੰ ਇੱਥੇ ਵਿਹਲਾ ਘੁੰਮੀ ਜਾਂਦਾ ਹੈ, ਕੀ ਕਰ ਰਿਹਾ ਤੂੰ ਇੱਥੇ? ਚੱਲ ਇੱਦਾਂ ਕਰ, ਕੋਲਡ ਡਰਿੰਕ ਲੈ ਕੇ ਆ ਸਾਰਿਆਂ ਲਈ, ਚੱਲ ਚੱਲ। ਮੰਮੀ ਜੀ ਸਾਰਿਆਂ ਨੂੰ ਗੀਤ ਭਾਬੀ ਦੀ ਫਿਕਰ ਪਈ ਹੈ ਤੇ ਤੁਹਾਨੂੰ ਕੋਲਡ ਡਰਿੰਕ ਪੀਣ ਦੀ ਸੋਚ ਰਹੀ ਹੈ। ਨਾ ਹੋਰ ਮੈਂ ਕੀ ਕਰਾਂ, ਹੈ ਮਾਤਮ ਮਨਾਵਾਂ ਹੈ ਰੋਵਾਂ ਬਹਿ ਕੇ ਮੈਂ? ਮੇਰੇ ਕੋਲਡ ਡਰਿੰਕ ਨਾ ਪੀਣ ਨਾਲ ਮੁੜ ਤਾਂ ਨਹੀਂ ਆਊਗੀ ਤੇਰੀ ਉਹ ਗੀਤ ਭਾਬੀ, ਹੈ? ਠੀਕ ਹੈ, ਨਹੀਂ ਕਹਿੰਦੀ ਤੁਹਾਨੂੰ ਕੁਛ, ਕਰੋ ਜੋ ਤੁਹਾਡਾ ਦਿਲ ਕਰਦਾ। ਵੇਟਰ ਲਿਆ ਦੋ ਇਹਨਾਂ ਨੂੰ ਕੋਲਡ ਡਰਿੰਕ। ਤੂੰ ਹਜੇ ਵੀ ਇੱਥੇ ਖੜਿਆ, ਤੈਨੂੰ ਸੁਣਿਆ ਨੀ? ਚੱਲ ਚੱਲ ਛੇਤੀ ਕਰ, ਕੋਲਡ ਡਰਿੰਕ ਲੈ ਕੇ ਪਹੁੰਚ ਉੱਥੇ, ਚੱਲ ਛੇਤੀ ਆ। ਬਚ ਗਿਆ ਭੁੱਲੂ ਯਾਰ, ਇੱਕ ਭੈਰਵੀ ਜੀ ਵੀ ਨਾ ਬਾਰ ਬਾਰ ਫੋਨ ਕਰਕੇ ਤੰਗ ਕਰਦੀ ਰਹਿੰਦੀ ਆ। ਸਿਮੋਨ ਮੈਨੂੰ ਤਾਂ ਕੁਛ ਗੜਬੜ ਲੱਗ ਰਹੀ ਹੈ, ਇੰਨੀ ਦੇਰ ਤੱਕ ਨਹੀਂ ਤਾਂ ਭੁੱਲੂ ਨੇ ਆ ਜਾਣਾ ਸੀ, ਹੁਣ ਕੀ ਹੋਏਗਾ? ਆਪਾਂ ਨਾ ਆਪਾਂ ਚੱਲਦੇ ਹਾਂ। ਚੱਲ ਕਿੱਥੇ ਚਲੇਗੀ ਗੀਤ ਮੰਮੀ ਜੀ? ਪਤਾ ਨਹੀਂ ਕਿਸੇ ਮੁਸੀਬਤ ਵਿੱਚ ਨਾ ਫਸ ਗਈ ਹੋਵੇ। ਜਸਲੀਨ ਗੀਤ ਵਾਸਤੇ ਅਰਦਾਸ ਕਰ, ਕਹਿੰਦੇ ਅਰਦਾਸ ਚ ਬਹੁਤ ਤਾਕਤ ਹੁੰਦੀ, ਕੁਝ ਨਹੀਂ ਹੁੰਦਾ ਸਾਡੀ ਗੀਤ ਨੂੰ। ਹਾਂ ਮੰਮੀ ਜੀ, ਮਾਤਾ ਰਾਣੀ ਨੂੰ ਹੁਣ ਮੇਰੀ ਗੱਲ ਸੁਣਨੀ ਪਏਗੀ। ਜਾਓ ਕੋਈ ਜਿਹੜਾ ਮੰਦਰ ਚੋਂ ਮੈਨੂੰ ਦੀਵਾ ਲਿਆ ਕੇ ਦਿਓ, ਮੈਂ ਹਾਲ ਵਿੱਚ ਹੀ ਅਖੰਡ ਜੋਤੀ ਬਾਲਾਂਗੀ। ਉਹ ਦੀਵਾ ਬਲਦਾ ਰਹੇਗਾ, ਮੈਂ ਦੀਵਾ ਬੁੱਝਣ ਨਹੀਂ ਦੇਵਾਂਗੀ। ਤੁਸੀਂ ਰੋਈ ਕਿਉਂ ਜਾ ਰਹੇ ਹੋ? ਦੀਵਾ ਚਾਹੀਦਾ ਨਾ ਤੁਹਾਨੂੰ, ਤੇ ਮੈਂ ਲਿਆ ਦਿੰਦੀ ਹਾਂ ਦੀਵਾ ਤੁਹਾਨੂੰ, ਹੈ? ਮੈਂ ਹੁਣੇ ਲੈ ਕੇ ਦੀਵਾ, ਰੋਇਆ ਨਾ ਤੁਸੀਂ, ਹੈ? ਭਾਬੀ ਜੀ ਚੁੱਪ ਕਰੋ ਨਾ। ਵੱਡੀ ਭਾਬੀ ਜੀ ਨੂੰ ਇਹ ਲੱਗਦਾ ਹੈ ਨਾ ਕਿ ਜੇ ਦੀਵਾ ਬੁੱਝ ਗਿਆ ਤਾਂ ਗੀਤ ਦੇ ਸਾਹਾਂ ਦੀ ਜੋਤ ਵੀ ਬੁੱਝ ਜਾਊਗੀ। ਆਉਣੇ ਆ ਮਜ਼ਾ, ਹੁਣ ਦੇਖਿਓ ਵੱਡੀ ਭਾਬੀ ਕੀ ਕਰਦੀ ਹਾਂ ਮੈਂ। ਮੈਡਮ ਜੀ ਤੁਹਾਡੀ ਕੋਲਡ ਡਰਿੰਕ। ਕੋਲਡ ਡਰਿੰਕਸ ਨੂੰ ਛੱਡ, ਤੂੰ ਤੂੰ ਨਾ ਤੂੰ ਐਂ ਕਰ, ਮਠਿਆਈ ਲੈ ਕੇ ਆ ਸਾਰਿਆਂ ਲਈ, ਹੈ? ਜਾ ਮਠਿਆਈ ਲੈ ਕੇ ਆ ਸਾਰੇ ਲਈ, ਚੱਲ 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 ਛੇਤੀ ਕਰ। ਫਿਰ ਵੀ ਗੀਤ ਗਾਇਬ ਹੋਈ ਹੈ ਨਾ, ਸਾਰਿਆਂ ਦਾ ਮੂੰਹ ਮਿੱਠਾ ਕਰਾਉਣਾ ਤਾਂ ਬਣਦਾ ਹੀ ਹੈ। ਹੈਲੋ, ਦੇਖੋ ਜੇ ਕੇ ਸਾਹਿਬ, ਰਿਸ਼ਤਾ ਤਾਂ ਅਸੀਂ ਤੋੜ ਕੇ ਆ ਗਏ ਹਾਂ, ਪਰ ਮੈਂ ਇੱਥੇ ਆ ਕੇ ਸੋਚਿਆ ਕਿ ਇਨਸਾਨੀਅਤ ਦੇ ਨਾਤੇ ਇੰਨਾ ਕੁ ਤਾਂ ਪੁੱਛਣਾ ਬਣਦਾ ਹੀ ਹੈ। ਭਲਾ ਤੁਹਾਡੀ ਨੂੰ ਰਾਣੀ ਮਿਲੀ ਹੈ ਕਿ ਨਹੀਂ? ਨਹੀਂ, ਅਜੇ ਤੱਕ ਤਾਂ ਉਹਦਾ ਕੁਛ ਅਤਾ ਪਤਾ ਨਹੀਂ ਲੱਗਿਆ। ਉਹ ਤਾਂ ਸੈਲੀਬ੍ਰਿਟੀ ਹੈ ਜੀ, ਇੱਦਾਂ ਗਵਾ ਜਾਊ ਅਤੇ ਤੁਹਾਡੀ ਤਾਂ ਇਹ ਗੱਲ ਸਾਰੇ ਪਾਸੇ ਜੰਗਲ ਦੀ ਅੱਗ ਵਾਂਗੂ ਫੈਲ ਜਾਊਗੀ ਅਤੇ ਫਿਰ ਤੁਹਾਡੀ ਬਦਨਾਮੀ ਵੀ ਹੋ ਜਾਊਗੀ। ਇਹ ਤੁਸੀਂ ਸਾਡਾ ਹਾਲ ਚਾਲ ਪੁੱਛਦੇ ਪਏ ਹੋ ਜਾਂ ਸਾਡੇ ਜ਼ਖਮਾਂ 'ਤੇ ਲੂਣ ਛਿੜਕ ਰਹੇ ਹੋ?
इंसानी नाम की चीज तो थोड़े विच है ही नहीं है। क्यों बेइज्जती करा रहे हो अपनी? की कह रहे ने हुण? ਕੀ ਚੁੱਕੀ ਫਿਰਦਾ ਝੁੱਡੂਆ ਜਿਹਾ? ਉਹ ਤੈਨੂੰ ਮੈਂ ਦੂਜੀ ਮਠਿਆਈ ਲੈ ਕੇ ਆ, ਦੂਜੀ ਲੱਡੂ, ਲੱਡੂ ਲੈ ਕੇ ਆ ਸਾਰਿਆਂ ਵਾਸਤੇ। ਉਹ ਅਜੇ ਵੀ ਇੱਥੇ ਖੜਾ। ਚੱਲ ਚੱਲ ਚੱਲ। ਹਾਏ, ਔਰ ਟੈਕਸੀ ਪਤਾ ਨਹੀਂ ਕਿਹਨੇ ਰੱਖਿਆ ਰਾਹ ਦੇ ਵਿੱਚ। ਪੈਰ ਭੰਨ ਹੋ ਗਿਆ ਮੇਰਾ। ਆ ਲਓ ਵੱਡੀ ਭਾਬੀ, ਆ ਗਿਆ ਤੁਹਾਡਾ ਦੀਵਾ। ਜਾ ਕਿੰਨੀ ਪੁੱਤਰ, ਮਾਤਾ ਰਾਣੀ ਦੀ ਫੋਟੋ ਲੈ ਕੇ ਆ। ਹਾਂਜੀ ਵੱਡੀ ਮਾਮੀ ਜੀ, ਹੁਣੇ ਲਾ। ਹੁਣ ਮਾਤਾ ਰਾਣੀ ਮੇਰੀ ਗੀਤ ਦੀ ਰਾਖੀ ਕਰੇਗੀ, ਇਹ ਦੀਵਾ ਨਹੀਂ ਬੁਝੇਗਾ। ਜੇ ਕਿਤੇ ਦੀਵਾ ਬੁਝ ਗਿਆ ਤੇ ਮੈਂ ਸੋਚਾਂਗੀ। ਨਹੀਂ ਨਹੀਂ, ਮੈਂ ਦੀਵਾ ਬੁਝ ਤੋਂ ਹੈ ਨਹੀਂ ਦੇਖ ਸਕਦੀ, ਨਹੀਂ ਦੇਖ ਸਕਦੀ। ਵੱਡੀ ਭਾਬੀ ਜੀ, ਤੁਸੀਂ ਤੁਸੀਂ ਦੀਵਾ ਬਾਲੋ ਤੇ ਸਹੀ, ਨਹੀਂ ਬੁਝੇਗਾ। ਹਾਂ, Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।